ਬੀਤੇ ਦਿਨੀ ਹਰ ਸਾਲ ਦੀ ਤਰ੍ਹਾਂ ਪਿੰਡ ਚੱਕ ਖੁਰਦ ਨਕੋਦਰ ਵਿਖੇ ਬੇਗਲ ਪਰਿਵਾਰ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਮਿਤੀ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲਗਾਇਆ ਗਿਆ। ਇਸ ਮੌਕੇ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਾਏਪੁਰ ਰਸੂਲਪੁਰ ਵੱਲੋਂ ਡਾਕਟਰਾਂ ਦੀ ਟੀਮ ਪਹੁੰਚੀ। ਇਸ ਕੈਂਪ ਵਿੱਚ ਮਰੀਜ਼ ਵੱਧ ਚੜ੍ਹ ਕੇ ਪਹੁੰਚੇ, ਜਿਨ੍ਹਾਂ ਨੇ ਇਸ ਕੈਂਪ ਦਾ ਵੱਧ ਚੜ੍ਹ ਕੇ ਲਾਹਾ ਲਿਆ। ਇਹ ਕੈਂਪ ਸੰਤ ਬਾਬਾ ਨਿਰਮਲ ਦਾਸ ਜੀ ਦੀ ਅਗਵਾਈ ਹੇਠ ਲਗਵਾਇਆ ਗਿਆ। ਇਸ ਮੌਕੇ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ, ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕਿਆ। ਸਾਡੀ ਪੰਜਾਬ ਪ੍ਰੈਸ ਦੀ ਟੀਮ ਨੇ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਕੈਂਪ ਦੀਆਂ ਝਲਕੀਆਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਪਿੰਡ ਚੱਕ ਖੁਰਦ ਸੀ ਨਕੋਦਰ ਜ਼ਿਲ੍ਹਾ ਜਲੰਧਰ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਾਇਆ ਜਾ ਰਿਹਾ ਹੈ, ਅਸੀਂ ਗ੍ਰਾਮ ਪੰਚਾਇਤ ਚੱਕ ਖੁਰਦ ਵੱਲੋਂ ਸਰਦਾਰ ਸੁੱਚਾ ਸਿੰਘ ਬੇਗਲ, ਜੋ ਕਿ ਜੀਕੇ ਤੋਂ ਇਹ ਕੈਂਪ ਤਕਰੀਬਨ 2002 ਤੋਂ ਲੈ ਕੇ ਇਸ ਨਗਰ ਵਿੱਚ ਲਾ ਰਹੇ ਹਨ, ਇਸ ਪਰਿਵਾਰ ਦੇ ਅਸੀਂ ਸਮੂਹ ਨਗਰ ਪੰਚਾਇਤ ਨਗਰ ਇਲਾਕਾ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਜੋ ਇਸ ਤੋਂ ਲੋਕ ਬਹੁਤ ਸਾਰਾ ਲਾਹਾ ਲੈਂਦੇ ਹਨ। ਅਸੀਂ ਹੋਰ ਵੀ ਇਹਨਾਂ ਤੋਂ ਬਹੁਤ ਉਮੀਦ ਰੱਖਦੇ ਹਾਂ ਕਿ ਜੋ ਸਾਡੇ ਇਹ ਨਗਰ ਲਈ ਬਹੁਤ ਅੱਗੇ ਵੀ ਕੰਮ ਕਰਦੇ ਰਹਿੰਦੇ ਹਨ। ਅੱਜ ਉਹ ਪਾਰਕ ਬਣੀ ਹੈ ਜਿਸ ਵਿੱਚ ਕੈਂਪ ਲੱਗਾ ਹੈ, ਇਹ ਵੀ ਸੁੱਚਾ ਸਿੰਘ ਦੇ ਪਰਿਵਾਰ ਵੱਲੋਂ ਹੀ ਬਣਾਈ ਗਈ। ਪਹਿਲਾਂ ਇੱਥੇ ਛੱਪੜ ਹੁੰਦਾ ਸੀਗਾ, ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਅੱਜ ਦਾ ਦਿਨ ਹੈ, ਦਾਸ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾ ਰਹੇ ਹਨ। ਗੁਰੂ ਦੀ ਕਿਰਪਾ ਨਾਲ ਤਕਰੀਬਨ 600 ਉੱਤੇ ਪਰਚੀਆਂ ਬਣ ਚੁੱਕੀਆਂ ਹਨ। ਗੁਰੂ ਦੀ ਰਹਿਮਤ ਦੇ ਨਾਲ ਸਾਡੇ ਮਹਾਂਪੁਰਸ਼ ਸੰਤ ਬਾਬਾ ਨਿਰਮਲ ਦਾਸ ਜੀ ਦੀ ਇਹ ਬਹੁਤ ਦੇਣ ਹੈ, ਉਹਨਾਂ ਦੀ ਮਦਦ ਨਾਲ ਹੀ ਅਸੀਂ ਇਹ ਕਾਰਜ ਲੰਘਦੇ ਹਨ, ਉਹਨਾਂ ਦੀ ਮਦਦ ਨਾਲ ਇਹ ਕਾਰਜ ਸੰਪੂਰਨ ਹੁੰਦੇ ਹਨ। ਇੱਥੋਂ ਦਾਸਾਂ ਨੇ ਜਿੰਨੇ ਵੀ ਮਰੀਜ਼ ਹਨ ਸਾਰੇ ਬਾਬਾ ਜੀ ਦੇ ਡੇਰੇ ਹਸਪਤਾਲ ਵਿੱਚ ਲੈ ਜਾਣਾ ਹੈ, ਹੋਣਗੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਾਮਾ ਜੀ, ਮਾਮਾ ਜੀ ਸੁੱਚਾ ਸਿੰਘ ਅਤੇ ਮਾਮੀ ਜੀ ਗ੍ਰੈਂਡ ਪੇਰੈਂਟਸ ਦੇ ਯਾਦਗਰੀ ਵਿੱਚ ਹਰੇਕ ਸਾਲ ਆਈ ਕੈਂਪ ਲਾਉਂਦੇ ਪਿੰਡ 'ਚ, ਅਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਦੂਰੋਂ ਲੋਕ ਆਉਂਦੇ ਦੇਖਣ ਵਾਸਤੇ ਆਈ ਕੈਂਪ। ਅਸੀਂ ਗਾਇਡ ਤੋਂ ਆਏ ਹਾਂ ਅਤੇ ਇਸ ਮੌਕੇ 'ਚ ਘੱਟੋ ਘੱਟ ਮੈਂ 600 ਬੰਦਿਆਂ ਦਾ ਉੱਪਰ ਆਉਣਾ ਸੰਗਤ 'ਚ ਬੈਠੇ, ਚੈੱਕ ਸਾਰਿਆਂ ਦੀ ਹੁੰਦੀ ਹੈ, ਅਤੇ ਨਾਲ ਨਾਲ ਫ੍ਰੀ ਮੈਡੀਕੇਸ਼ਨ ਅਤੇ ਓਪਰੇਸ਼ਨ ਬਾਅਦ ਫਿਰ ਆਪਣੇ ਅੱਜ ਸ਼ਾਮ ਨੂੰ ਮੇਰੇ ਘਰ ਓਪਰੇਸ਼ਨ ਵੀ ਹੋਊਗਾ। ਅਤੇ ਸਰ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਚੁੱਕੇ ਆ? ਘੱਟੋ ਘੱਟ 600 ਉੱਪਰ ਪੇਸ਼ੈਂਟ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚੱਕਾ ਪਿੰਡ, ਜੋ ਸਰਦਾਰ ਸੁੱਚਾ ਸਿੰਘ ਬੇਗਲ ਜੀ, ਬੀਬੀ ਅਮਰ ਕੌਰ ਜੀ ਦਾ ਆਪਣਾ ਇਹ ਜੱਦੀ ਪਿੰਡ ਹੈ, ਜਿੱਥੇ ਸਰਦਾਰ ਬਚਿੰਦ ਸਿੰਘ ਜੀ ਔਰ ਮਾਤਾ ਪ੍ਰਸਿੰਨ ਕੌਰ ਦੀ ਯਾਦ ਦੇ ਵਿੱਚ ਇਹ ਅੱਜ 17ਵਾਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਔਰ ਬੜੇ ਸਕਸੈਸਫੁਲ ਕੈਂਪ ਹੋਏ ਹਨ, ਲਗਾਤਾਰ ਕੈਂਪ ਲੱਗਦੇ ਆ ਰਹੇ ਹਨ। ਜਿਸ ਜਗ੍ਹਾ 'ਤੇ ਤੁਸੀਂ ਇਹ ਕੈਂਪ ਦੇਖ ਰਹੇ ਹੋ, ਜਦੋਂ ਅਸੀਂ ਫਸਟ ਟਾਈਮ ਆਏ ਸੀ ਤਾਂ ਛੱਪੜ ਸੀਗਾ, ਬਿਲਕੁਲ ਇਹ ਟੋਇਆ ਸੀ ਬਹੁਤ ਡੂੰਘਾ, ਤਾਂ ਜਿਹਨੂੰ ਇਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਸੁਧਾਰਿਆ, ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਹੱਥ, ਜਿਹਨੂੰ ਲੈਂਦਿਆਂ ਹੋਇਆ ਪਹਿਲਾਂ ਇਹਨਾਂ ਨੇ ਜ਼ਮੀਨ ਜੋ ਸਵੱਛ ਨੂੰ ਸਾਫ਼ ਸੁਥਰਾ ਕੀਤਾ, ਧਰਤੀ ਪਾ ਕੇ ਇੱਥੇ ਆ ਹਾਲ ਬਣਾਇਆ ਔਰ ਬੜਾ ਸੋਹਣਾ ਪਾਰਕ ਤਿਆਰ ਕੀਤਾ ਔਰ ਇਸ ਪਾਰਕ ਦੇ ਵਿੱਚ ਇਹ ਪਾਰਕ ਵੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ। ਤੋ ਕਿਉਂਕਿ ਮਹਾਂਪੁਰਖਾਂ ਦੇ ਸੰਗ ਕਰਦੇ ਹਨ ਔਰ ਮਹਾਂਪੁਰਖਾਂ ਨਾਲ ਜੁੜੇ ਹੋਏ ਹਨ ਔਰ ਇੰਗਲੈਂਡ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਧਰਤੀ, ਆਪਣਾ ਜੋ ਜੱਦੀ ਪਿੰਡ ਉਹਨਾਂ ਨਾਲ ਜੁੜੇ ਹੋਏ ਹਨ ਔਰ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੀ ਪ੍ਰੇਰਨਾ ਦੇ ਸਦਕਾ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਜੋ ਰਾਏਪੁਰ ਸੂਰਪੁਰ ਵਿੱਚ ਵੀ ਬਣਿਆ ਹੋਇਆ ਹੈ ਔਰ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਇਹ ਜੋ ਕੈਂਪ ਲੱਗਦੇ ਹਨ, ਤਾਂ ਮੈਂ ਸਮਝਦੀ ਹਾਂ ਇਹ ਮਾਨਵਤਾ ਦੀ ਭਲਾਈ ਦੇ ਲਈ ਬਹੁਤ ਵੱਡਾ ਕਾਰਜ ਵੰਡਿਆ ਹੋਇਆ ਹੈ
ਔਰ ਪਰਮਾਤਮਾ ਕਰੇ ਕਿ ਜੋ ਕਾਰਜ ਕਰ ਰਹੇ ਹਨ ਇਸੇ ਤਰ੍ਹਾਂ ਮਾਨਦਾਰ ਭਾਈ ਵੀ ਕਰਦੇ ਰਹਿਣ ਔਰ ਜਿਹਨਾਂ ਨੂੰ ਇਹ ਫਾਇਦਾ ਲੈ ਰਹੇ ਹਨ ਔਰ ਉਹਨਾਂ ਸੰਗਤਾਂ ਨੂੰ ਵੀ ਅਪੀਲ ਹੈ ਕਿ ਜੋ ਇਸ ਦਰ 'ਤੇ ਆ ਕੇ ਇਹਨਾਂ ਮਹਾਂਪੁਰਖਾਂ ਤੋਂ ਆਪਣੀਆਂ ਬਲੈਸਿੰਗਸ ਲੈਂਦੇ ਹਨ ਔਰ ਜਿਹੜੀਆਂ ਨਜ਼ਰਾਂ ਠੀਕ ਹੋ ਜਾਂਦੀਆਂ ਹਨ ਔਰ ਉਹ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਜਿਹੜੇ ਗਰੀਬ ਗੁਰਬੇ ਆਪਣਾ ਆਪਰੇਸ਼ਨ ਨਹੀਂ ਕਰਾ ਸਕਦੇ ਆਪਣੇ ਚੈੱਕਅਪ ਨਹੀਂ ਕਰਾ ਸਕਦੇ ਮੈਡੀਸਨ ਨਹੀਂ ਲੈ ਸਕਦੇ ਤਾਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਉਹ ਵੀ ਆਪਣੀ ਸੇਵਾ ਬਖਸ਼ਿਸ਼ ਕਰਨ ਕਿਉਂਕਿ ਇਹਨਾਂ ਨੇ ਸੇਵਾ ਦਾ ਇੱਕ ਲੰਗਰ ਲਗਾਇਆ ਹੋਇਆ ਹੈ ਇਹ ਬਹੁਤ ਵੱਡਾ ਕੁੰਭ ਲੱਗਾ ਹੋਇਆ ਹੈ ਲੰਗਰ ਅਸੀਂ ਲਗਾਉਂਦੇ ਹਾਂ ਖਾਣ ਪੀਣ ਦੇ ਲੰਗਰ ਸਾਰੇ ਲਗਾਉਂਦੇ ਹਨ ਲੇਕਿਨ ਇਹ ਜਿਹੜਾ ਲੰਗਰ ਹੈ ਇਹ ਮੈਂ ਸਮਝਦੀ ਬਹੁਤ ਵੱਡਾ ਲੰਗਰ ਹੈ ਜਿਸ ਤਰ੍ਹਾਂ ਵਿੱਦਿਆ ਵਿਚਾਰੀ ਪਰਉਪਕਾਰੀ ਤਾਂ ਉਹ ਜੋ ਵਿੱਦਿਆ ਦਾ ਲੰਗਰ ਲੱਗਿਆ ਹੈ ਜਿੱਥੇ ਵਿੱਦਿਆ ਦਾ ਲੰਗਰ ਲਗਾਉਂਦੇ ਹਨ ਸੰਤ ਮਹਾਂਪੁਰਸ਼ ਔਰ ਉੱਥੇ ਬਹੁਤ ਵੱਡਾ ਅੱਖਾਂ ਦੇ ਜੋ ਆਪਰੇਸ਼ਨਸ ਔਰ ਹੋਰ ਜਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਹੈਗੀਆਂ ਉਹਦਾ ਬਹੁਤ ਵੱਡਾ ਇੱਕ ਕੁੰਭ ਲੱਗਾ ਹੋਇਆ ਹੈ ਆਓ ਆਪਾਂ ਸਾਰੇ ਰਲ ਕੇ ਇਹਨਾਂ ਦਾ ਸਾਥ ਦਈਏ ਤਾਂ ਜੋ ਹੋਰ ਜੋ ਸਾਡੇ ਵਰਗੇ ਗਰੀਬ ਲੋਕ ਬੈਠੇ ਹਨ ਪਿੰਡਾਂ ਦੇ ਵਿੱਚ ਬੈਠੇ ਹਨ ਜਿਨ੍ਹਾਂ ਕੋਲ ਸਮਰੱਥਾ ਨਹੀਂ ਹੈ ਉਹਨਾਂ ਦੀ ਵੀ ਆਪਾਂ ਸੇਵਾ ਕਰ ਸਕੀਏ ਔਰ ਅਰਦਾਸ ਕਰੀਏ ਕਿ ਇਹ ਵੀ ਮਹਾਂਪੁਰਖ ਹੋਇਆ ਕਰਦੇ ਹਨ ਕਿਉਂਕਿ ਸੰਤ ਜੋ ਸੰਤ ਜਨ ਹੁੰਦੇ ਹਨ ਉਹ ਮਾਨਤਾ ਦੀ ਸੇਵਾ ਕਰਨ ਵਾਸਤੇ ਆਉਂਦੇ ਹਨ ਅਤੇ ਜਿਹੜੇ ਦੁਨਿਆਵੀ ਲੋਕ ਸਾਡੇ ਵਰਗੇ ਲੋਕ ਵੀ ਇਹਨਾਂ ਦਾ ਸੰਗ ਕਰਕੇ ਕਿਉਂਕਿ ਜੋ ਬਸੇ ਜੋ ਚੰਦਨ ਨਾਲ ਉਹ ਵੀ ਚੰਦਨ ਹੋਏ ਰਹੇ ਜੋ ਰਹੇ ਚੰਦਨ ਕੇ ਸਾਹ ਜੋ ਚੰਦਨ ਦੇ ਨਾਲ ਰਹਿੰਦੇ ਨੇ ਔਰ ਬ੍ਰਿਕਸ਼ ਦੇ ਨਾਲ ਰਹਿੰਦੇ ਉਹ ਵੀ ਚੰਦਨ ਹੋ ਜਾਇਆ ਕਰਦੇ ਹਨ ਤਾਂ ਇਹਨਾਂ 'ਤੇ ਪੂਰਾ ਰੰਗ ਚੜਿਆ ਹੋਇਆ ਰੰਗ ਮਜੀਠੀਆਂ ਚੜਿਆ ਹੋਇਆ ਇਹਨਾਂ 'ਤੇ ਇਹ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਔਰ ਆਪਣੀ ਧਰਤੀ ਦੇ ਨਾਲ ਜੁੜੇ ਹੋਏ ਹਨ ਜਿਹੜਾ ਕਰਕੇ ਆਪਣੀ ਦਸਵੰਧ ਕੱਢ ਕੇ ਕਿਉਂਕਿ ਗੁਰੂ ਪਾਤਸ਼ਾਹ ਦੀ ਬਾਣੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਆਪ ਕਿਰਤ ਕਰਦੇ ਹਨ ਔਰ ਫਿਰ ਨਾਮ ਵੀ ਜਪਦੇ ਹਨ ਸਿਮਰਨ ਵੀ ਕਰਦੇ ਹਨ ਔਰ ਵੰਡ ਕੇ ਛਕਦੇ ਹਨ ਆਪਣੀ ਕਿਰਤ ਕਮਾਈ ਕਰਕੇ ਕਿਸੇ ਕੋਲ ਮੰਗਦੇ ਨਹੀਂ ਹਨ ਆਮ ਲੋਕ ਜਿਹੜੇ ਆ ਕਿ ਕਿਸੇ ਕੋਲ ਮੰਗ ਕੇ ਇਹ ਸੇਵਾ ਕੀਤੀ ਜਾਂਦੀ ਹੈ ਪਰ ਇਹ ਸਭ ਤੋਂ ਵੱਡੀ ਸੇਵਾ ਹੈ ਕਿ ਜਿਹੜੀ ਆਪ ਕਿਰਤ ਕਮਾਈ ਕਰਕੇ ਆਪਣੀ ਕਿਰਤ ਕਮਾਈਆਂ 'ਚੋਂ ਲਿਆ ਕੇ ਮਾਨਤ ਦੀ ਭਲਾਈ ਦੇ ਲਈ ਕੁੰਭ ਲਾਏ ਜਾਂਦੇ ਹਨ ਤਾਂ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਕਿ ਜਿਨ੍ਹਾਂ ਨੇ ਪ੍ਰੇਰਿਤ ਕੀਤਾ ਹੈ ਕਿਉਂਕਿ ਕਿਸੇ ਨੂੰ ਰਸਤਾ ਦਿਖਾਉਣ ਮਾਰਗਦਰਸ਼ੀ ਵੀ ਹੋਣਾ ਚਾਹੀਦਾ ਹੈ ਤਾਂ ਰਸਤਾ ਜਿਹੜਾ ਦਿਖਾ ਦਿੰਦਾ ਹੈ ਤਾਂ ਮੈਂ ਸਮਝੀ ਉਹ ਸਭ ਤੋਂ ਵੱਡਾ ਪਰਮਾਤਮਾ ਹੁੰਦਾ ਹੈ ਜਿਨ੍ਹਾਂ ਨੂੰ ਰਸਤਾ ਮਿਲ ਜਾਂਦਾ ਹੈ ਤਾਂ ਰਸਤੇ ਚੱਲਣਾ ਬੜਾ ਸੌਖਾ ਹੁੰਦਾ ਹੈ ਰਸਤੇ ਬਣਾਉਣੇ ਔਖੇ ਹੁੰਦੇ ਹਨ ਜਿਹੜੇ ਰਸਤੇ ਖੁਦ ਬਣਾਉਂਦੇ ਹਨ ਉਹਨਾਂ ਨੂੰ ਪੁੱਛ ਕੇ ਦੇਖਿਆ ਜਾਵੇ ਕਿ ਰਸਤੇ ਕਿਵੇਂ ਬਣਾਏ ਜਾਂਦੇ ਹਨ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤਾਂ ਮੈਂ ਸਮਝਦੀ ਹਾਂ ਤਾਂ ਇਹ ਜਿਹੜੇ ਇਹ ਏਰੀਆ ਬਹੁਤ ਵੱਡੇ ਭਾਗੀ ਹੈ ਸੰਗਤਾਂ ਬਹੁਤ ਹੀ ਵੱਡੇ ਭਾਗਾਂ ਵਾਲੀਆਂ ਹਨ ਕਿ ਜਿਨ੍ਹਾਂ ਨੂੰ ਇਹ ਮਹਾਂਪੁਰਖ ਮਿਲੇ ਹੋਏ ਹਨ ਔਰ ਇਹ ਪਿੰਡਾਂ ਦੇ ਵਿੱਚ ਜਿੱਥੇ ਡਾਕਟਰਾਂ ਦੀ ਪਹੁੰਚ ਨਹੀਂ ਹੈ ਮੈਂ ਸਮਝਦੀ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਅਤੇ ਐਂਬੂਲੈਂਸ ਪਹੁੰਚਣੀ ਮੁਸ਼ਕਲ ਹੋ ਜਾਂਦੀ ਹੈ ਔਰ ਮੈਂ ਇਹ ਜੋ ਕੈਂਪ ਦੇ ਵਿੱਚ ਲੈਂਸ ਪਾਏ ਜਾਂਦੇ ਹਨ ਲੈਂਸ ਵੀ ਅਲੱਗ ਅਲੱਗ ਕੁਆਲਿਟੀ ਦੇ ਕਈ ਬੱਚੇ ਇਹੋ ਜਿਹੇ ਹਨ ਕਿ ਜਿਹਦੀ ਉਮਰ ਛੋਟੀ ਹੈ ਕਿ ਜਵਾਨ ਹੁੰਦੇ ਹਨ ਉਹਨਾਂ ਦੇ ਅਕੋਰਡਿੰਗ ਲੈਂਸ ਪਾਉਂਦੇ ਹਨ ਕਿ ਜਿੰਨੀ ਉਹਦੀ ਲਾਈਫ ਹੈ ਉਹਨਾਂ ਨੂੰ ਪੂਰੀ ਜ਼ਿੰਦਗੀ ਭਰ ਕੋਈ ਪ੍ਰੋਬਲਮ ਨਾ ਆਵੇ ਔਰ ਪੂਰੀ ਮੈਡੀਸਨ ਫ੍ਰੀ ਦਿੰਦੇ ਹਨ ਔਰ 3 ਵਾਰੀ ਫੋਲੋਅਪ ਕਰਦੇ ਹਨ ਫ੍ਰੀ ਫੋਲੋਅਪ ਉਹਦਾ ਮਤਲਬ ਹੈ ਕਿ ਜਦੋਂ ਤੱਕ ਕਿਸੇ ਦੀ ਨਜ਼ਰ ਠੀਕ ਨਹੀਂ ਹੋ ਜਾਂਦੀ ਕੋਈ ਕਿਸੇ ਨੂੰ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਸਾਡੀ ਆਪਣੀ ਗਲਤੀ ਨਾਲ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹਦਾ ਪੂਰਾ ਫੋਲੋਅਪ ਕਰਦੇ ਹਨ ਇਹ ਸਾਰੀ ਮੈਡੀਸਨ ਦਾ ਖਰਚਾ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਜਦੋਂ ਤੱਕ ਪੇਸ਼ੈਂਟ ਠੀਕ ਨਹੀਂ ਹੋ ਜਾਂਦਾ ਤਦ ਤੱਕ ਉਹਦਾ ਇਹ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਆਪਣੇ ਹੋਸਪਿਟਲ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਜਿਹਨਾਂ ਇਹ ਆਪਰੇਸ਼ਨ ਕੀਤੇ ਜਾਂਦੇ ਹਨ ਆਪਰੇਸ਼ਨ ਕਰਕੇ ਉਸ ਤੋਂ ਬਾਅਦ ਉਹਦੀਆਂ ਡਰੈਸਿਸ ਖੋਲ੍ਹ ਕੇ ਗੋਗਲਸ ਲਗਾ ਕੇ ਜਿਹੜੀਆਂ ਪ੍ਰੋਟੈਕਸ਼ਨ ਲੈਂਸ ਨੂੰ ਲਾ ਕੇ ਔਰ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ 3 ਵਾਰੀ ਉਹਨਾਂ ਨੂੰ ਫੋਲੋਅਪ ਕਰਕੇ ਜਦੋਂ ਤੱਕ ਠੀਕ ਨਹੀਂ ਹੋ ਜਾਂਦੇ ਤਾਂ ਉਹਨਾਂ ਦਾ ਪੂਰਾ ਪ੍ਰਬੰਧ ਹੁੰਦਾ ਹੈ ਤਾਂ ਡਾਕਟਰਾਂ ਦੀ ਟੀਮ ਪੂਰੀ ਆਈ ਹੋਈ ਹੈ ਕਿਉਂਕਿ ਬੜੇ ਅੱਛੇ ਡਾਕਟਰਸ ਨੇ ਪਿੱਛੇ 2002 ਤੋਂ ਇਹ ਟੀਮ ਨਾਲ ਜੁੜੀ ਹੋਈ ਹੈ ਔਰ ਜਿੰਨੇ ਕੈਂਪ ਲੱਗੇ ਹਨ ਜਿੰਨੇ ਆਪਰੇਸ਼ਨ ਹੋਏ ਹਨ ਬਿਲਕੁਲ ਸਕਸੈਸਫੁਲ ਹੋਏ ਹਨ ਕਿਉਂਕਿ ਜਿੱਥੇ ਪਰਮ ਪਿਤਾ ਪਰਮਾਤਮਾ ਖੁਦ ਆ ਕੇ ਵਿੱਚ ਵਿਰਾਜਮਾਨ ਹੋ ਜਾਂਦਾ ਹੈ ਤਾਂ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਨਾ ਹੀ ਕਿਸੇ ਨੂੰ ਕੋਈ ਦੁੱਖ ਰਹਿ ਜਾਂਦਾ ਹੈ ਕਿਉਂਕਿ ਜੋ ਆਵੇ ਸੋ ਰਾਜੀ ਜਾਵੇ ਤਾਂ ਪਰਮਾ ਪਿਤਾ ਪਰਮਾਤਮਾ ਦੀ ਇਹ ਬਹੁਤ ਵੱਡੀ ਇਹ ਇੱਕ ਬਾਣੀ ਦੇ ਮਾਧਿਅਮ ਤੋਂ ਸਾਨੂੰ ਇਹ ਜੋ ਉਪਦੇਸ਼ ਮਿਲਿਆ ਹੈ ਸੰਦੇਸ਼ ਮਿਲਿਆ ਹੈ ਆਓ ਆਪਾਂ ਸਾਰੇ ਇਹ ਗੁਰੂ ਮਹਾਰਾਜ ਦੀ ਬਾਣੀ ਨੂੰ ਆਪਣੇ ਜੀਵਨ 'ਚ ਧਾਰਨੀ ਕਰਕੇ ਆਪਣਾ ਜੀਵਨ ਸਫਲਾ ਕਰੀਏ ਜਿੱਥੇ ਆਪਣਾ ਜੀਵਨ ਸਫਲਾ ਕਰੀਏ ਔਰ ਆਪਾਂ ਜਿਹੜੇ ਵਿੱਦਿਆ ਨਹੀਂ ਪੜ੍ਹ ਸਕਦੇ ਆਪਾਂ ਉਹਨਾਂ ਨੂੰ ਵੀ ਪੜ੍ਹਾਈਏ ਤਾਂ ਜੋ ਉਹ ਵੀ ਆਪਣੇ ਗਿਆਨਵਾਨ ਬਣ ਕੇ ਹੋਰ ਪ੍ਰਚਾਰ ਅਤੇ ਪ੍ਰਸਾਰ ਕਰ ਸਕਣ ਤਾਂ ਮੈਂ ਅੱਜ ਦੇ ਦਿਨ 'ਤੇ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਸਭ ਤੋਂ ਪਹਿਲੇ ਅਸੀਂ ਪੰਜਾਬ ਪ੍ਰੈਸ ਔਰ ਜਨਤਕ ਟੀ ਵੀ ਅਤੇ ਹੋਰ ਜਿਤਨੇ ਵੀ ਚੈਨਲ ਇੱਥੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਅੱਜ ਸਾਡੇ ਸਰਦਾਰ ਸੁੱਚਾ ਸਿੰਘ ਜੀ ਮਾਤਾ ਅਮਰ ਕੌਰ ਬੇਗਲ ਪਰਿਵਾਰ ਸਾਰੇ ਪਰਿਵਾਰ ਵੱਲੋਂ ਚੱਕ ਖੁਰਦ ਵਿਖੇ ਜੋ ਅੱਜ
ਫ੍ਰੀ ਅੱਖਾਂ ਦਾ ਕੈਂਪ ਲਗਾਇਆ ਗਿਆ, ਉਹਦੇ ਵਿੱਚ ਹੁਣ ਤੱਕ 600 ਤੋਂ ਉੱਪਰ OPD ਪਹੁੰਚ ਚੁੱਕੀ ਆ। ਅਸੀਂ ਉਮੀਦ ਕਰਾਂਗੇ ਕਿ ਇਹਦੇ ਵਿੱਚੋਂ ਜੋ ਮਰੀਜ਼ ਸਿਲੈਕਟ ਕੀਤੇ ਜਾਣਗੇ ਉਹ ਕੱਲ੍ਹ ਸਵੇਰੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਵਿਖੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਏਗਾ ਔਰ ਕੱਲ੍ਹ ਸ਼ਾਮ ਤੱਕ ਸਾਰੇ ਇਹ ਪ੍ਰਸ਼ਨ ਕੀਤੇ ਜਾਣਗੇ ਅਤੇ ਵਾਪਸ ਇਸੇ ਪਿੰਡ ਵਿੱਚ ਲਿਆ ਕੇ ਇੱਥੋਂ ਲੈ ਕੇ ਵੀ ਜਾਵਾਂਗੇ ਔਰ ਇੱਥੇ ਛੱਡ ਕੇ ਵੀ ਜਾਵਾਂਗੇ। ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਅਸੀਂ ਉਮੀਦ ਕਰਦੇ ਹਾਂ ਕਿ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਟਾਵੋ ਪ੍ਰਭ ਸੋ। ਜਿਤਨੇ ਵੀ ਇਸ ਕੈਂਪ ਦੇ ਵਿੱਚ ਸ਼ਾਮਿਲ ਹੋਏ ਆ ਮਰੀਜ਼ ਉਹਨਾਂ ਲਈ ਅਸੀਂ ਅਰਦਾਸ ਕਰਦੇ ਹਾਂ ਔਰ ਜ਼ਿਆਦਾ ਕਰਕੇ ਅਸੀਂ ਬੇਗਲ ਪਰਿਵਾਰ ਲਈ ਵੀ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਪਿੰਡ ਚੱਕ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2020 ਦੇ ਵਿੱਚ ਅੱਜ ਇਸ ਨਗਰ ਦੇ ਵਿੱਚ ਕੈਂਪ ਲਗਾਇਆ ਔਰ ਸਾਰੇ ਹੀ ਡਾਕਟਰਾਂ ਦੀ ਟੀਮ ਔਰ ਸਾਰੇ ਹੀ ਇਲਾਕੇ ਦੇ ਪਤਵੰਤ ਸੱਜਣ ਔਰ NRI ਸਾਹਿਬ ਸਾਡੇ ਇਸ ਕੈਂਪ ਦੇ ਵਿੱਚ ਪਹੁੰਚੇ ਆ। ਅਸੀਂ ਸਾਰਿਆਂ ਦਾ ਗੁਰੂ ਤੋਂ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਗੁਰੂ ਪਾਤਸ਼ਾਹ ਸਭ 'ਤੇ ਆਪਣੀ ਰਹਿਮਤ ਬਖਸ਼ਿਸ਼ ਕਰੇਗਾ ਔਰ ਅਸੀਂ ਇਹ ਵੀ ਬੇਨਤੀ ਕਰਾਂਗੇ ਜੋ ਗੁਰੂ ਲੋਕਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਦੂਰੋਂ ਹੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦਾ ਸਾਨੂੰ ਉਹਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਔਰ ਪੂਜਾ ਮਾਤਾ ਕਿ ਅਸੀਂ ਸ਼ੀਸ਼ੇ ਸਿਰ 'ਤੇ ਹੱਥ ਰੱਖ ਕੇ ਸ਼ੀਸ਼ਾਂ ਦਿੱਤੀਆਂ ਪਰ ਅਸੀਂ ਭੁੱਲ ਗਏ ਹਾਂ ਹੱਥ ਬੁਲਾਉਣ ਦੇ ਨਾਲ। ਅੱਜ ਸਾਰੇ ਚੈਨਲ ਇਹੋ ਗੱਲ ਕਹਿ ਰਹੇ ਕਿ 2-2 ਮੀਟਰ ਪਿੱਛੇ ਰਹੋ ਕਿਉਂਕਿ ਗੁਰੂ ਲੋਕਾਂ ਨੇ ਸਾਨੂੰ ਜੋ ਉਪਦੇਸ਼ ਦਿੱਤਾ ਸੀ ਉਹ ਅਸੀਂ ਮੰਨਿਆ ਨਹੀਂ ਪਰ ਅੱਜ ਉਹ ਸਾਨੂੰ ਪ੍ਰਤੱਖ ਹੋਇਆ ਕਿ ਜੋ ਗੁਰੂ ਲੋਕਾਂ ਨੇ ਕਿਹਾ ਉਹ ਅੱਜ ਪ੍ਰੈਕਟੀਕਲ ਆ ਸਾਨੂੰ ਦਿਸ ਰਿਹਾ ਅਤੇ ਸਾਰੇ ਚੈਨਲਾਂ ਨੇ ਇਹੋ ਹੀ ਕਿਹਾ ਕਿ 2-4 ਮੀਟਰ ਪਿੱਛੇ ਰਹੋ ਔਰ ਆਪਣਾ ਮੁੱਖ ਜੋ ਹੈ ਉਹ ਢੱਕ ਕੇ ਰੱਖੋ ਤਾਂ ਕਿ ਦੂਸਰਿਆਂ ਨੂੰ ਕੋਈ ਐਸੀ ਬਿਮਾਰੀ ਦਾ ਸ਼ਿਕਾਰ ਨਾ ਹੋਣਾ ਪਵੇ। ਮੈਂ ਬਾਬਾ ਜੀ ਦਾ ਸੁੱਚਾ ਸਿੰਘ ਬੇਗਲ ਦਾ ਔਰ ਤੁਹਾਡਾ ਜਨਤਕ TV ਪੰਜਾਬ ਕੇਸਰੀ ਵਾਲਿਆਂ ਦਾ ਪੰਜਾਬ ਪਲੱਸ ਚੈਨਲ ਜਿਹੜਾ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਬਾਕੀ ਮੈਂ ਆਪਣੀ ਵੱਲੋਂ ਇੱਕ ਮੈਸੇਜ ਸਮਾਜ ਨੂੰ ਦੇਣਾ ਚਾਹੁੰਦਾ ਹੈ ਜੇ ਤੁਸੀਂ ਮੇਰਾ ਇਹ ਮੈਸੇਜ ਹਰ ਘਰ ਵਿੱਚ ਪਹੁੰਚਾਓ ਤਾਂ ਬਹੁਤ ਵਧੀਆ। ਉਹ ਇਹ ਹੈ ਕਿ ਮੈਂ ਹਰ ਜਗ੍ਹਾ ਇਹੀ ਕਹਿੰਦਾ ਵਾਂ ਕਿ ਆਪਣੇ ਬੱਚਿਆਂ ਨੂੰ ਸਾਂਭੋ। ਬੱਚਿਆਂ ਨੂੰ ਸਾਂਭਣ ਦਾ ਮਤਲਬ ਹੈ ਉਹਨਾਂ ਨੂੰ ਕਿਸੇ ਅੱਛੀ ਸੰਸਥਾ ਨਾਲ ਜੋੜੋ, ਗੁਰੂ ਘਰ ਨਾਲ ਜੋੜੋ, ਚੈਰੀਟੇਬਲ ਸੁਸਾਇਟੀਆਂ ਨਾਲ ਜੋੜੋ, ਸਮਾਜ ਦੇ ਕੰਮਾਂ ਨਾਲ ਜੋੜੋ ਤਾਂ ਕਿ ਤੁਹਾਡੇ ਬੱਚੇ ਨਸ਼ਿਆਂ ਦੇ ਰਹਿਤ ਰਹਿਣ। ਜਿਹੜੇ ਬੱਚੇ ਗੁਰੂ ਘਰ ਨਾਲ ਜੁੜ ਜਾਂਦੇ ਹੈ ਅੱਛੀ ਸੁਸਾਇਟੀ ਵੀ ਜੁੜ ਜਾਂਦੇ ਹੈ ਉਹ ਬੱਚੇ ਨਸ਼ਿਆਂ ਦੇ ਰਹਿਤ ਰਹਿੰਦੇ ਹੈ ਔਰ ਜਿਹੜੇ ਬੱਚੇ ਨਸ਼ਿਆਂ ਦੇ ਰਹਿਤ ਰਹਿੰਦੇ ਉਹ ਪਰਿਵਾਰ ਸਵਰਗ ਬਣ ਜਾਂਦੇ ਹੈ। ਅਤੇ ਮੇਰੀ ਸਮਾਜ ਦੀ ਖਾਸ ਕਰਕੇ ਬੀਬੀਆਂ ਨੂੰ ਔਰ ਭੈਣਾਂ ਨੂੰ ਜਿਹੜੇ ਕਿ ਬੱਚਿਆਂ ਦਾ ਲੁਕੋ ਕਰਦੇ ਹਾਂ, ਜੇ ਬੱਚਾ ਕੋਈ ਗਲਤ ਕੰਮ ਕਰਕੇ ਆਉਂਦਾ ਉਹ ਲੁਕੋ ਕਰਦੀਆਂ ਉਹ ਦੱਸਦੀਆਂ ਨਹੀਂ, ਅਤੇ ਮੈਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਆਦਮੀ ਤਾਂ ਸਾਰੇ ਦਿਨ ਕੰਮ ਦੇ ਹੁੰਦੇ, ਬੀਬੀਆਂ ਵੀ ਹੁੰਦੇ, ਮੈਂ ਨਹੀਂ ਬਈ ਬੀਬੀਆਂ ਨੂੰ ਇਹ ਕਰ ਰਿਹਾ, ਪਰ ਖਾਸ ਕਰਕੇ ਉਹਨਾਂ ਦਾ ਧਿਆਨ ਦਿਓ ਔਰ ਉਹਨਾਂ ਬੱਚਿਆਂ ਨੂੰ ਨਸ਼ਿਆਂ 'ਤੇ ਰਹਿਤ ਕਰੋ ਔਰ ਗੁਰੂ ਘਰ ਲਿਜਾਓ। ਭਾਵੇਂ ਆਪਣੀ ਕਿਰਤ ਕਮਾਈ ਵਿੱਚੋਂ ਇੱਕ ਪੈਸਾ ਪਾਓ, ਜ਼ਰੂਰੀ ਨਹੀਂ ਲੱਖਾਂ ਦਾ ਦਾਨ ਕਰੋ ਹਜ਼ਾਰਾਂ ਦਾ ਕਰੋ, ਤੁਸੀਂ ਆਪਣੀ ਕਿਰਤ ਕਮਾਈ ਵਿੱਚੋਂ 1 ਰੁਪਈਆ ਵੀ ਕੱਢੋਗੇ ਉਹ ਵੀ ਤੁਹਾਡਾ 1 ਕਰੋੜ ਦੇ ਬਰਾਬਰ ਹੋਏ। ਅਤੇ ਮੇਰੀ ਸਮਾਜ ਦੇ ਜੋ ਲੋਕ ਮੇਰੀ ਆਵਾਜ਼ ਸੁਣਦੇ ਹੈ ਬੇਨਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਾਂਭੋ ਔਰ ਇਹਨਾਂ ਨੂੰ ਪੰਜਾਬ ਦੇ ਖਾਸ ਕਰਕੇ ਬੱਚਿਆਂ ਦਾ ਭਵਿੱਖ ਬਣਾਓ।